ਜਪਜੀ ਸਾਹਿਬ ਦੀ 28ਵੀਂ ਪੌੜੀ ਦਾ ਬੜਾ ਵੱਡਾ ਮਹਾਤਮ ਦੱਸਿਆ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਨੂੰ ਕੀਏ ਭੈ ਨੂੰ ਦੂਰ ਕਰਨ ਦੇ ਲਈ ਹੈ ਤੇ ਸਾਰੇ ਬੱਜਰ ਪਾਪ ਨਾਸ਼ ਕਰਨ ਦੇ ਲਈ ਹੈ 58ਸ ਭੈ ਦੂਰ ਕੋ ਹੋਏ ਬੱਜਰ ਸਮ ਪਾਪ ਕਿਸੇ ਵੀ ਪ੍ਰਕਾਰ ਦਾ ਮਨ ਦੇ ਵਿੱਚ ਡਰ ਹੋਵੇ ਭੈ ਹੋਵੇ ਕਿਸੇ ਦੇ ਲਈ ਵੀ ਪਾਤਸ਼ਾਹ ਕਹਿੰਦੇ ਭੈ ਇੱਕ ਛਿਨ ਦੇ ਵਿੱਚ ਦੂਰ ਹੋ ਜਾਏਗਾ ਇਹ 28ਵੀਂ ਪੌੜੀ ਦਾ ਜਾਪ ਕਰਨ ਦੇ ਨਾਲ ਤੇ ਜੇ ਕਿਸੇ ਨੇ ਬੱਜਰ ਪਾਪ ਕੋਈ ਕੀਤੇ ਨੇ ਚਾਰ ਬੱਜਰ ਕੁਰਾਇਤਾਂ ਕੀਤੀਆਂ ਨੇ ਜਿਵੇਂ ਕੇਸ ਕਤਲ ਕਰਾਉਣਾ ਪ੍ਰਾਈ ਸਤਰੀ ਦਾ ਸੰਗ ਕਰਨਾ ਤੰਬਾਕੂ ਖਾਣਾ ਤੇ ਹਲਾਲ ਖਾਣਾ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਵੀ ਮੁਕਤੀ ਮਿਲ ਜਾਏਗੀ ਇਹ 28ਵੀਂ ਪੌੜੀ ਦਾ ਜਾਪ ਕਰਨ ਦੇ ਨਾਲ ਮੁੰਦਾ ਸੰਤੋਖ ਸ਼ਰਮ ਪਦ ਝੋਲੀ ਤੋਂ ਲੈ ਕੇ ਆਦੇਸ਼ ਇਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ-ਜੁਗ ਏਕੋ ਵੇਸ ਤੱਕ ਪਾਤਸ਼ਾਹ ਕਹਿੰਦੇ ਨਿਰੰਤਰ ਜਾਪ ਕਰੇ ਇਹਦੇ ਨਾਲ ਇੱਕ ਤਾਂ ਭੈ ਦੂਰ ਹੋਏਗਾ ਡਰ ਦੂਰ ਹੋਏਗਾ ਦੂਜੇ ਜਿੰਨੇ ਵੀ ਬੱਜਰ ਕੁਰੇਤਾ ਕੀਤੀਆਂ ਨੇ ਬੱਜਰ ਪਾਪ ਕੀਤੇ ਨੇ ਉਹ ਨਾਸ਼ ਹੋ ਜਾਣਗੇ ਏਡਾ ਵੱਡਾ ਮਹਾਤਮ ਹੈ ਇਸੇ ਹੀ ਪੌੜੀ ਦੇ ਵਿੱਚ ਦੋ ਦੁੱਖ ਦੂਰ ਹੁੰਦੇ ਨੇ ਇਹ ਦੋਖੀ ਨੇ ਇੱਕ ਤਾਂ ਡਰ ਦਾ ਬੜਾ ਵੱਡਾ ਦੁੱਖ ਹੈ ਬੰਦਾ ਕਿਸੇ ਵੇਲੇ ਡਰ ਕਰਕੇ ਆਪਣੇ ਆਪ ਨੂੰ ਖਤਮ ਕਰ ਲੈਂਦਾ ਤੇ ਦੂਸਰਾ ਵੱਜਰ ਪਾਪ ਜਿਹੜੇ ਨੇ ساری ਉਮਰ ਕਰੀ ਜਾਂਦਾ ਕੁਰੇਤਾ ਕਰੀ ਜਾਂਦਾ ਪਾਸ਼ਾ ਕਹਿੰਦੇ ਇਹਦੇ ਵਿੱਚ ਦੋ ਦੋਖ ਦੂਰ ਹੋ ਜਾਂਦੇ ਨੇ ਇਹ 28ਵੀਂ ਪੌੜੀ ਦਾ ਜਾਬ ਕਰਨ ਦੇ ਨਾਲ ਇਸੇ ਤਰ੍ਹਾਂ ਬੜਾ ਵੱਡਾ ਮਹਾਤਮ ਮਹਾਤਮ ਦੱਸਿਆ 28ਵੀਂ ਪੌੜੀ ਦਾ ਤੇ ਅਸੀਂ ਵੀ ਨੇਤਾ ਪ੍ਰਤੀ ਕਰੀਏ ਤੇ ਆਪਣੇ ਡਰ ਤੇ ਭੈਣ ਨੂੰ ਦੂਰ ਕਰੀਏ ਤੇ ਬਜਰ ਪਾਪ ਸਾਰੇ ਸਾਡੇ ਨਾਸ਼ ਹੋ ਜਾਣਗੇ ਇਤਨੀਆਂ ਵਿਚਾਰਾ ਪਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ